ਭੰਟਣੇ ਵਿੱਚ ਮੁੜ ਰਹੀਂ ਦਾ ਸੌਰੀ ਐ ਪੰਜਾਬੀ ਰੇ ਅੰਤੀ ਜੀ ਜੇ ਜੇ ਤੇਰੇ ਮੈਂ ਕਰ ਤੇਰੀ ਵੱਜ ਗਈ ਏ ਸਸਰੀ ਕਾ ਜੀ ਸੁਣਾਓ ਕੀ ਹਾਲ ਚਾਲੇ ਮੈਂ ਵੀਡੀਓ ਕਈਆਂ ਨੂੰ ਨਹੀਂ ਪਤਾ ਲੱਗਾ ਵੀ ਵੀਡੀਓ ਕਿਉਂ ਨਹੀਂ ਥੋੜੇ ਬੰਦੇ ਨੂੰ ਪਤਾ ਲੱਗਾ ਵੀ ਵੀਡੀਓ ਕਿਉਂ ਨਹੀਂ ਮੈਂ ਇੰਨੇ ਦਿਨਾਂ ਦਾ ਪਾ ਰਿਹਾ ਸ਼ਾਇਦ ਤਿੰਨ ਚਾਰ ਜਾਂ ਹਜ਼ਾਰ ਬੰਦਿਆਂ ਨੂੰ ਪਤਾ ਹੋਵੇ ਮੈਂ ਵੀਡੀਓ ਕਿਉਂ ਨਹੀਂ ਪਾ ਰਿਹਾ ਕਿਉਂਕਿ ਬਲੋਕਰ ਯਾਰੇ ਆ YouTube ਖੋਤੀ ਦੀ ਆ YouTube ਤੇ SEO ਨੂੰ ਫੜ ਕੇ ਲਓ ਮਾਲਕ ਨੂੰ ਫੜ ਕੇ ਲਓ YouTube ਦੇ ਨੂੰ ਇਥੇ ਪਿਆ ਲਿਓ ਫੜ ਕੇ ਨੂੰ ਲਿਓ ਲਿਓ ਹਾਂਜੀ ਕਹਤਾ ਕੀ ਪ੍ਰੋਬਲਮ ਹੈ ਸਾਲਿਆ ਜਦੋਂ ਤੈਨੂੰ ਪਤਾ ਸਾਡੀ ਵੀਡੀਓ ਚ ਕੋਈ ਪ੍ਰੋਬਲਮ ਨਹੀਂ ਕੀ ਮਸਲਾ ਕੀ ਹੈ ਜਿੱਤੀ ਚ ਸਲੈਕਟ ਕਰ ਕਾਲੀ ਜੁੱਤੀ ਖਾਏਗਾ ਚਿੱਟੇ ਜੁੱਤੀ ਖਾਏਗਾ ਕਿ ਜਾਂ ਬੂਟ ਖਾਏਗਾ ਖੋਤੀ ਦੇ ਬੱਚਾ ਆਹ ਬੋਲੇ ਮੈਨੂੰ ਲੱਗਦਾ ਕਾਲੀ ਜੁੱਤੀ ਤੇ ਤੈਨੂੰ ਕਿੰਨੇ ਦਿਨ ਹੋ ਗਏ ਨੇ ਸਾਲਿਆ 7 ਦਿਨ ਹੋ ਗਏ ਨੇ ਹੀ ਢੂਈ ਮਾਰਾਂ ਤੈਨੂੰ ਵੀ ਭਾਜੀ ਵੀਡੀਓ ਚਾੜ ਦਿਓ ਤੈਨੂੰ ਈਮੇਲਾਂ ਵੀ ਲਿਖੀਆਂ ਸਾਲਿਆ ਤੈਨੂੰ ਸਮਝ ਨਹੀਂ ਆਉਂਦੀ ਹੈ ਤੈਨੂੰ ਸਭ ਵੇਖੀਦਾ ਕਿ ਅੱਖਾਂ ਨੀਵੀਂ ਨੀਵੀਂ ਕਰ ਆਖਾ ਆ ਵੀਡੀਓ ਮੇਰੀ ਜੇ ਡਿਲੀਟ ਕੀਤੀ ਨਾ ਹੁਣ ਬਲੌਕ ਕੀਤੀ ਅਗਲਾ ਦਾਗਾ YouTube ਨੂੰ ਪਹਿਜ ਥੱਲੇ ਜਨੂੰ ਬਿਹਾਈਂਡ ਦ ਸੀਨਸ ਉਸਤਾਦ ਜੀ ਕੋ ਗਲਤੀ ਹੋ ਗਈ ਇਧਰ ਵੇਖੋ ਕੀ ਹੋਇਆ ਕੀ ਮਸਲਾ ਹੈ ਕਿਉਂ ਬਲੌਕ ਕਰ ਰਹੇ ਹੋ ਯਾਰ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਭਰਾ ਜੀ ਇਹ ਜਿੱਦਾਂ ਸਵਾਲ ਹੈ ਛਾੜ ਦੇ ਇਧਰ ਵੇਖ ਛਾੜ ਦੇ ਯਾਰ ਭਰਾੜੀ ਆ ਵੀਡੀਓ ਚਾਹਾਂ ਜੋਕ ਇਹ ਨੋ ਕਰਾਂਗੇ ਭੈ ਜਿਹੜੀ ਕੁੜੀ ਕੇ ਉਹ ਸੈੱਟ ਕਰਾਂਗੇ ਤੇਰਾ ਭਰਾ ਸਾਲਿਆ ਇਸ ਕੋਈ ਵੀਡੀਓ ਚਾੜ ਦੇ। ਅੱਛਾ 1 hour later। ਆ ਮਾ ਸਮਝਾਇਆ ਤੈਨੂੰ ਪਰ ਤੋੜਾ ਪ੍ਰਾਨੀ ਡਰਦਾ ਤਾਂ ਜੋ ਜਿਹੜਾ ਮਰਜੀ YouTube ਬਿਲਕੁਲ ਉਹ ਲੈ ਕੇ ਖਾਣੇ ਆ ਸੀ। ਉਹ ਸੱਚ ਆ ਇੰਦਰ ਕੇਰ ਤੋਂ ਇੰਡੀਆ ਆਏ ਨੇ ਨਾ ਇਹ ਸਾਡ ਤੋਂ ਕੀ ਕਹਿੰਦਾ ਸੀ 2 ਮਹੀਨੇ ਪਹਿਲਾਂ ਜਦੋਂ ਬਲੌਗਿੰਗ ਨਹੀਂ ਕਰਦੇ ਸੀ ਉਦੋਂ ਕੀਰ ਤੇ ਮੈਨੂੰ LV ਦੀਆਂ origional sunglasses gift ਕੀਤੀਆਂ ਸੀ। ਅੱਛਾ ਸਾਨੂੰ ਕੀ ਦੱਸਾਂ ਡੇ ਸਾਲਿਆ ਇਹਦਾ ਇਹਦਾ ਸਾਡੇ ਨਾਲ ਕੀ ਤਾਲਕ ਹੈ? ਗਲਾਸਾਂ ਲੈ ਗਲਾਸੇ ਲੈ ਕੇ ਤੇ ਸਾਲਾ ਆਹ ਵੇਖੋ ਤੁਹਾਨੂੰ ਮੈਂ ਇਹਦੀ ਗੱਲ ਦੱਸਿਆ ਕਿ ਇੰਡੀਆ ਆਇਆ ਨੇ ਅੱਜ ਕੱਲ ਪਰਸੂ ਦੇ ਆਏ ਨੇ ਇੰਡੀਆ ਆ ਵੇਖੋ ਇਹਨਾਂ ਨੇ ਪੋਸਟ ਕੀ ਪਾਈ ਵੇਖੋ ਸਾਲਾ ਮੈਂ ਕਿਉਂ ਕਹਣਾ ਆਪਣੀ ਜਨਾਨੀਆਂ ਦੇ ਸਿਰ ਤੋਂ ਖਾਂਦੇ ਨੇ ਆ ਵੇਖੋ ਇੰਦਰ ਐਂਡ ਕਿਰਤ ਅਵੇਲੇਬਲ ਇਨ ਪੰਜਾਬ ਪਾ ਪਾ ਬਿਲ ਬੱਕਰਾਸ ਕਰਦਾ ਮੈਂ ਨਹੀਂ ਕਹ ਰ ਮੈਂ ਕੋ ਝੂਠ ਨਹੀਂ ਕਰੇ ਆ ਕੀ ਕੀ ਮਤਲਬ ਦਾ ਇੰਦਰ ਐਂਡ ਕਿਰਤ ਅਵੇਲੇਬਲ ਇਨ ਪੰਜਾਬ ਫੋਰ ਸ਼ੂਟਸ ਆਏ ਬਰਾਇਡਲ ਸ਼ੂਟਸ Song ਸ਼ੂਟਸ ਮੀਟ ਐਂਡ ਗਰੀਟਸ ਇਹ ਕੋਣ ਹੈ ਕੰਟੈਕਟ ਅੰਕੁਸ਼ ਮੰਡਾਲੀ ਤੇਰੀ ਸ ਕੰਕੁਸ਼ ਛੱਤਰ ਖਾਣੇ ਤੂੰ ਵੀ ਵਿੱਚ ਖੋਤੀ ਦੇ ਬੱਚਾ ਉਹ ਮੇਰੀ ਤੇ ਵਿੱਚ ਗੱਲ ਰਹੀ ਕੀ ਕਹਿੰਦਾ ਸੀ 2 ਮਹੀਨੇ ਪਹਿਲਾਂ ਜਦੋਂ ਅਸੀਂ ਵਲੌਗਿੰਗ ਨਹੀਂ ਕਰਦੇ ਸੀ ਉਦੋਂ ਮੈਂ ਕੀਰਤ ਨੂੰ ਜਿੰਮੀ ਚੂਹ ਦੀ ਦਿੱਤੀ ਲੱਗੇ ਕੀਤੀ ਸੀ ਐਦਾਂ ਥੋੜੀ ਵੀ ਹਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਕਰ ਰਹਾ ਜੋ ਅਸੀਂ ਡੇਲੀ ਲਾਈਫ ਸਟਾਈਲ ਕਰਦੇ ਆ ਐਕਚੁਅਲ ਵਿੱਚ ਕਰਦੇ ਆ ਉਹੀ ਤੁਹਾਨੂੰ ਦਿਖਾ ਦਿੰਦੇ ਆ ਓ ਚਪੜ ਗੰਜੂ ਮੇਰੀ ਗੱਲ ਸੁਣ ਵਲੌਗਿੰਗ ਤੂੰ ਪਹਿਲਾਂ ਸਾਲਿਆ ਸਾਲ ਚ ਇੰਡੀਆ ਚਾਰ ਵਾਰੀ ਆਇਆ ਹੈ ਕਦੀ ਆ ਵੇ ਚਵੜਾ ਚਵੜਾ ਮਾਰੀ ਜਾਣ ਢਟੂਈ ਕਰਦੀ ਫੜੋ ਢਟੂਈ ਦੀ ਸੱਲ ਡਾਂਗ ਵੜਾ ਝੂਠ ਸਾਲਾ ਦਰਮੀ ਬੇ ਵੀ ਝੂਠ ਬੋਲਦੇ ਨੇ ਥੋੜਾ ਜਿਹਾ ਤੁਹਾਨੂੰ ਦਿਖਾਣ ਵਾਸਤੇ ਸ਼ੋਅ ਆਫ ਕਰਦੇ ਆ ਹੋਰ ਕਿ ਦਿਖਾਣ ਵਾਸਤੇ ਸ਼ੋਅ ਆਫ ਕਰਦੇ ਪਹਿਲਾਂ ਕਿਥੇ ਗਿਆ ਸਾਲ ਚ ਗਿਆ ਚਾਰ ਵਾਰ ਇੰਡੀਆ ਦਹਾ ਟਿਕ ਟਕ ਥੇੜਾ ਵੇ ਚਮਲਾ ਮਾਰਦਾ ਸਾਲਾ YouTube ਤੋਂ ਪੈਸੇ ਆਣੇ ਤਾਂ ਇੰਡੀਆ ਆਂਦੇ ਨੇ ਨਾਲੇ ਉਹ ਵੇਖੋ ਪੋਸਟ ਚੰਗੀ ਤਰ੍ਹਾਂ ਪੜੋ ਯਾਰ ਮੈਂ ਤੇ ਵਿੱਚ ਗੱਲਾਂ ਛੱਡੀ ਜਾ ਰਿਹਾ ਦੁਬਾਰਾ ਪੋਸਟ ਪੜੋ ਜਿਹੜੀ ਰੜੇ ਪਾਈ ਸੀ ਅਵੇਲੇਬਲ ਕੀ ਉਹ ਕਿੱਥੇ ਚੱਲ ਗਈ ਸਾਲੀ ਇੱਕ ਮਿੰਟ ਇੱਕ ਮਿੰਟ ਅੱਜ ਦੀ ਵੀਡੀਓ ਨਾ ਥੋੜੀ ਜੀ ਕਿਉਂਕਿ YouTube ਮੇਰੀ ਵੀਡੀਓ ਚੜ੍ਹ ਨਹੀਂ ਰਹੀ ਤੇ ਇਹ ਐਕਸਪੈਰੀਮੈਂਟਲ ਥ ਉਹ ਕਿੱਥੇ ਚਲ ਗਈ ਓਏ ਯਾਰ ਆ ਆ ਵੇਖੋ ਇੰਦਰ ਐਂਡ ਕਿਰਤ ਅਵੇਲੇਬਲ ਇਨ ਪੰਜਾਬ ਫੋਰ ਸ਼ੂਟਸ ਵੈਰਾਈਡੇ ਸ਼ੂਟ ਸੌਂਗ ਸ਼ੂਟਸ ਮੀਟ ਐਂਡ ਗਰੀਟਸ ਆਪਣੇ ਅੰਗਰੇਜ਼ੀ ਫਿਲਮਾਂ ਜਿਹੜੀਆਂ ਹੁੰਦੀਆਂ ਆ ਉਹ ਜਿਹਦੇ ਚ ਆ ਨਹੀਂ ਲਾਈਦੀ ਸੈਂਡਲ ਉਹ ਵੀ ਫਿਲਮਾਂ ਸ਼ੂਟ ਕਰ ਲੈਂਦੇ ਹੋ ਬਿਲਕੁਲ ਆਪਨੇ ਮੇਰੇ ਦਿਲ ਕੀ ਬਾਤ ਬਤਾ ਦਿੱਤੀ ਐ ਸੁਣਿਆ ਕੁੱਲੜ ਪੀਜਾ ਵਲਿਆਂ ਤੇ ਕੋਈ ਪਰਚਾ ਛਰਚਾ ਹੋ ਗਿਆ ਮੈਨੂੰ ਤਾਂ ਪੂਰੀ ਗੱਲ ਦਾ ਪਤਾ ਨਹੀਂ ਮਜੀਠੀਏ ਸਾਹਿਬ ਨੂੰ ਮਜੀਠੀਏ ਸਾਹਿਬ ਤੁਸੀਂ ਗੱਲ ਦੱਸੋ ਪੂਰੀ ਕੀ ਨਾਂ ਦੱਸਿਆ ਸੀ ਖੁੱਲੜ ਪੀਜਾ ਆ ਖੁੱਲੜ ਪੀਟਜਾ ਆਲੇ ਉਹ ਮੈਨੂੰ ਲੱਗਦਾ ਉਹਨਾਂ ਦੀ ਉਹ ਹਸਬੰਡ ਵਾਈਫ ਦੀ ਸਾਰੀ ਉਮਰ 30 ਸਾਲ ਦੇ ਅੰਦਰ ਅੰਦਰ ਹੀ ਜਾਪਦੀ ਹੈ ਜੋ ਮੈਨੂੰ ਲੱਗਦਾ 25 ਸਾਲਾਂ ਦੇ ਆ 25 30 ਸਾਲ ਹੋਣੀ ਹੈ ਇੰਨੀ ਕੋ ਨਹੀਂ ਹੈ ਉਹ ਟਾਈ ਟੋਏ ਗਨ ਹੈ ਉਹਨਾਂ ਦੇ ਹੱਥ 'ਚ ਉਹਨਾਂ ਵਿਚਾਰਿਆਂ ਨੂੰ ਵਗੜਦਾ ਜਿਹੜਾ ਅਸਲੀ ਲਈ ਫਿਰਦਾ ਉਹ ਧਗੜ 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 ਕਰਦੇ ਫਿਰਦੇ ਮੈਂ ਤਾਂ ਇੱਥੇ ਰਾਤ ਤੁਸੀਂ ਇਹ ਵੇਖ ਲਓ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਇਤੋਂ ਸਪਸ਼ਟ ਹੈ ਉਹ ਵਿਚਾਰੇ ਰੋਈ ਜਾਂਦੇ ਹੁਣ ਦੋਵੇਂ ਹਾਂ ਵਿਚਾਰੇ ਰੋਈ ਜਾਂਦੇ ਨੇ ਕਿਹੜਾ ਐਸਾ ਕੀ ਸੀ ਜਿਹਦੇ ਕਰਕੇ ਫਸ ਗਏ ਨੇ ਭਾਬੀ ਜੀ ਗੀਤ ਦੇ ਜੋ ਬੋਲ ਹੋ ਜਣ ਕੱਲ ਦਿੱਖਿਆ ਕਿਸੇ ਨੂੰ ਕੁੱਟਦਾ ਸੱਚੀ ਬੜਾ ਅਥਰਾ ਸਲੂਕ ਰੱਖਦਾ ਕੌਣ ਅਥਰਾ ਸਲੂਕ ਰੱਖਦਾ ਭਾਬੀ ਜੀ ਤੁਹਾਡਾ ਘਰ ਵਾਲਾ ਨਾ ਵਿਚਾਰੇ ਨੂੰ ਪੰਪ ਦੋ ਕੱਲ ਪਰਸੂ ਆਪ ਕਿਸੇ ਕੋਲ ਥੱਪੜ ਖਾਣ ਰਿਹਾ ਸੀ ਕਹਿੰਦਾ ਮੈਂ ਕਹਿੰਦਾ ਤੇਰੇ ਥੱਪੜ ਮਾਰਨੇ ਦਸ ਮੈਂ ਕਿੱਥੇ ਬੈਠ ਕੇ ਕਰੂੰ ਆ ਜਗਾ ਆ ਵੇਖੋ ਭਾਬੀ ਜੀ ਬਹੁਤ ਜਗਾ ਹੈ ਤੁਸੀਂ ਇੱਥੇ ਬੱਜਿਆ ਕਰੋ ਨੋ ਪ੍ਰੋਬਲਮ ਉਹ ਚੱਕਾ ਖੱਕੀ ਸੀ ਤੇ ਉਹਨਾਂ ਨੂੰ ਧੂਖਾ ਕਰਾ ਦਿੱਤਾ ਚਲੋ ਹੁਣ ਕੰਫਰਟੇਬਲ ਹੋ ਕੇ ਬਹਿਜਿਆ ਕਰਿਓ ਉਹੜ ਤੇ ਲੱਲੀ ਨਾਲ ਸਰਕਾਰ ਨੇ ਵਾਪਸ ਇਹ ਖੋਤੀ ਦਾ ਬੱਚਾ ਭਗਵੰਦਰ ਮਾਨ ਕਰ ਕੀ ਰਿਹਾ ਹੈ ਵੇਖੋ ਸਿੱਧੂ ਮੂਸੇਵਾਲੇ ਦੇ ਘਰ ਵਾਲੇ ਵੀ ਜਿਹੜੇ ਨਮਾ ਪਿਓ ਉਹ ਵੀ ਇੰਗਲੈਂਡ ਗਏ ਨੇ ਉਹ ਕਿਉਂ ਇੰਗਲੈਂਡ ਗਏ ਨੇ ਹਮਕੋ ਕੀ ਪਤਾ ਤੈਨੂੰ ਸਾਰਾ ਪਤਾ ਤੂੰ ਮਸਕਰੀਆਂ ਕਰਦਾ ਤੈਨੂੰ ਗੁਜਰਾਤ ਜਾ ਕੇ ਉਸੋਂ ਡਾਂਸ ਕਰਦਾ ਹੈ ਸਾਲਾ ਉਹ ਪਤਾ ਤੈਨੂੰ ਉਹ ਵਿਚਾਰੇ ਦਰਦਰ ਦੀਆਂ ਠੋਕਰਾ ਖਾ ਰਹੇ ਨੇ ਕਦੀ ਇੰਗਲੈਂਡ ਜਾਂਦੇ ਨੇ ਕਦੀ ਕਿਤੇ ਜਾਂਦੇ ਨੇ ਸਾਡੇ ਪੁੱਤਰ ਨੂੰ ਇਨਸਾਫ਼ ਦੇ ਦੋ ਪਰ ਇਹਦੇ ਕੰਨ ਤੇ ਜੂ ਨਹੀਂ ਸਰਕਦੀ ਕਿਉਂਕਿ ਮੈਂ ਚੂਤੀਆ ਹਾਂ ਮੇਰਾ ਦਿਮਾਗ ਚੂਤੀਆ ਹੈ ਤਲ ਛੱਡੋ ਇਹਨੇ ਮਸਕਰੀਆਂ ਕਰਦੇ ਰਹਿਣਾ ਹੈ ਇਹ ਸੀਰੀਅਸ ਬੰਦਾ ਨਹੀਂ ਆ ਪਹਿਲਾਂ ਵੀ ਕਮੇਡੀ ਕਰਦਾ ਸੀ ਇਹਨੇ ਕੋਈ ਸੀਰੀਅਸ ਇਹ ਸਾਲਾ ਛਡਾਈ ਹੈ ਮੇਰੀ ਪਿਛਲੀ ਵੀਡੀਓ ਪਤਾ ਕਦ ਤੂੰ ਬਲੌਗ ਹੋਈ ਨੂੰ ਮੈਂ ਬੜੀਆਂ ਗਾਲਾਂ ਕੱਢੇ ਸ਼ਾਇਦ ਇਹਨਾਂ ਨੇ ਬਲੌਗ ਪਤਾ ਨਹੀਂ ਕਿੰਨੇ ਯਾਰ ਕਿਉਂ ਚੱਕਰ ਨਹੀਂ ਸਮਝ ਨਹੀਂ ਆਉਂਦੀ ਜਦੋਂ ਸਾਲਾ ਇਹਨੂੰ ਮੈਂ ਗਲਾ ਗੁਲਾ ਕੱਢਣਾ ਚਾਰ ਉਹਦੀ ਏ ਭੈਣ ਜਦੋਂ ਉੱਥੇ ਜਾ ਕੇ ਗੜਪਾ ਇਹਨੂੰ ਗੁਜਰਾਤ ਜਾ ਕੇ ਕਰਨਾ ਆਂਦਾ ਇੱਥੇ ਪੰਜਾਬ ਵਿੱਚ ਕੰਮ ਇਹਦੇ ਬੇਬੇ ਨੇ ਕਰਨਾ ਫੇਰ ਕਹਿੰਦੇ ਮਾਪਿਓਂ ਨੇ ਲਿਆਓ ਸਾਡਾ ਵੀ ਸੀਐਮ ਐ ਇਹ ਅਸੀਂ ਸੀਐਮ ਨੂੰ ਗਾਲ੍ਹਾਂ ਕੱਢ ਰਹੇ ਆਂ ਕੋ ਭਗਵੰਤ ਮਾਨ ਕੇ ਦੇ ਜੇ ਅਸੀਂ ਕਵਾਂਗੇ ਨਾ ਭਗਵੰਤ ਮਾਨ ਉਹਦੇ ਪਰਸਨਲ ਲਾਈਫ ਦੇ ਟਾਰਗੇਟ ਕਰਾਂਗੇ ਫੇਰ ਇਹ ਸਾਡਾ ਪੰਜਾਬ ਦਾ ਸੀਐਮ ਐ ਇਹਨੂੰ ਭਾਵੇਂ ਅਸੀਂ ਡਾਂਗ ਚਾੜੀਏ ਭਾਵੇਂ ਜੁੱਤੀਆਂ ਮਾਰੀਏ ਸਾਡਾ ਨੌਕਰ ਏ ਸਾਲਾ ਉੱਥੇ ਜਾ ਕੇ ਗੜਵਾ ਕਰਨ ਰਿਹਾ ਤੂੰ ਭੈਣ ਉਹਨਾਂ ਨੂੰ ਇਨਸਾਫ ਦਵਾ ਸਾਲੇ ਸੰਦੀਪ ਨੰਗਲੰਬੀ ਦੀ ਘਰ ਵਾਲੀ ਵਿਚਾਰੀ ਰੋਈ ਜਾਂਦੀ ਹੈ ਨਾ ਚੈਨਲ ਜਿਹੜੇ ਜਿੱਥੇ ਇੰਟਰਵਿਊ ਦੇ ਹਲ ਵਿਚਾਰੀ ਰੋਂਦੀ ਹੁੰਦੀ ਮੈਂ ਕਈ ਪਾ ਨਹੀਂ ਚਲਾ ਸਕਦਾ ਕਿਉਂਕਿ ਇਹ ਮੈਨੂੰ ਬਲੌਕ ਕਰ ਛੱਡਦੇ ਨੇ ਜਿਹੜਾ ਬੰਦਾ ਗੱਲ ਸਹੀ ਕਰਦਾ ਸਾਲੇ ਉਹਨਾਂ ਦੀ ਵੀਡੀਓ ਬਲੌਕ ਕਰਦੇ ਨੇ ਕਰਾ ਕੇ ਤਾਂ ਹਬ ਬਲੋਕੇ ਸਾਲਿਆ ਅਸੀਂ ਵੀ ਛਾੜਦੇ ਰਹਿਣਾ ਛਾੜਦੇ ਰਹਿਣਾ ਜਿੰਨੇ ਚਿਰ ਭੈਣ YouTube ਵੀਡੀਓ ਨਾ ਚੜੇਗੀ ਇਹ ਤਾਂ ਹੀ ਮੈਂ ਛੋਟੀ ਵੀਡੀਓ ਬਣਾਈ ਅਜਨਾਂ ਦਾ ਕੁਝ ਸ਼ਾਇਦ 7-8 ਮਿੰਟ ਦੀ ਵੀਡੀਓ ਬਣਿਆ ਪਰ ਚਲੋ ਜੀ ਆਡਾ ਸੀਰੀਅ ਨਿਜਾਜ ਪਰਚੇ ਪਾ ਰਹੇ ਨੇ 8 ਸਾਲ ਦੇ ਮੁੰਡੇ ਦੇ ਪਰਚਾ ਪਾ ਦਿੱਤਾ ਹੈ ਕੀ ਕਰਨ ਡੇੜ ਮੈਂ ਤੇ ਜੇ ਕਿਸੇ ਨੇ ਮੇਰੀ ਪਿਛਲੀ ਵੀਡੀਓ ਨਹੀਂ ਵੇਖੀ ਫੇਸਬੁੱਕ ਤੇ ਪਈ ਵੇਖ ਲਿਓ ਮੈਂ ਉਹਦੇ ਚ ਵੀ ਕਿਹਾ ਸੀ ਕਿ ਤੇ ਨੁਕਸਾਨ ਪਤਾ ਕਿੰਨੇ ਹੋਣੇ ਨੇ ਤੇ ਉਹਦੇ ਹੋ ਰਹੇ ਨੇ ਉਹ ਪੁਲਿਸ ਵਾਲੇ ਨਾ ਧੱਕੇ ਨਾਲ ਹੀ ਪਰਚੇ ਕਰੀ ਜਾਂਦੇ ਬਣੇ ਜਿੰਨੇ ਕਹਿੰਦੇ ਫਿਰ ਉਹ ਮੈਂ ਨੂੰ ਉਦੋਂ ਵੀ ਰੋਇਆ ਸੀ ਕਿ ਤੂੰ 10 ਰੁਪਏ ਦੇਣੇ ਹੁੰਦੇ ਨੇ ਤੇ ਆ ਜਾਣਾ ਬਕਵਾਸ ਕਰਨ ਕਿ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਗਵਰਨਮੈਂਟ ਨੇ ਤੇ ਜਦੋਂ ਐਡਾ ਵੱਡਾ ਤੂੰ ਕਾਨੂੰਨ ਲੈ ਕੇ ਆਇਆ ਹੈ 2 ਮਿੰਟ ਕੱਢ ਲੈਣੇ ਸੀ 10 ਛੱਡਦਾ ਪੂਰੇ ਬਰੀਫ ਨਾਲ ਗਾਈਡਲਾਈਨਸ ਪੂਰੀਆਂ ਪੜਦਾ ਕਿ ਅੱਜ ਤੋਂ ਬਾਅਦ ਜੇ ਕੋਈ 13 ਨਵੰਬਰ ਤੋਂ ਬਾਅਦ ਕੋਈ ਵੀ ਸੋਸ਼ਲ ਮੀਡੀਆ ਤੇ ਇਦਾਂ ਦੀ ਫੋਟੋ ਪਾਏਗਾ ਜਾਂ ਇਦਾਂ ਦੀ ਫੋਟੋ ਪਾਏਗਾ ਜਾਂ ਉਦਾਂ ਦੀ ਫੋਟੋ ਪਾਏਗਾ ਉਹਨੂੰ ਅਸੀਂ 2 ਹਫ਼ਤੇ ਦੀ ਮੌਲਤ ਦਿੰਨੇ ਆ ਵੈਸੇ ਕੱਲ ਦਿੱਤੀ ਇਨਾਂ ਨੇ 3 ਦਿਨ ਦੀ ਮੌਲਤ ਹੁਣ ਸਾਲੇ ਸਾਰੇ ਦੇ ਪਰਚੇ ਕਰਕੇ ਜਦੋਂ 10 ਸਾਲ ਦੇ ਬੱਚੇ ਤੇ ਪਰਚਾ ਆ ਫੇਰ ਇਹਨਾਂ ਨੂੰ ਅਕਲ ਆਕ ਲਈ ਫੇਰ ਕੱਲ ਡੀਜੀਪੀ ਨੇ ਆ ਕੇ ਕਿਹਾ ਨਹੀਂ ਅਸੀਂ 3 ਦਿਨ ਦੀ ਮੌਲਤ ਦਿੰਨੇ ਆ ਓ ਬੱਲੇ ਡੀਜੀਪੀ ਪੰਜਾਬ ਦਾ ਜਿਹਦੀ ਜਿਹਦੀ ਇਹ ਵੀਡੀਓ ਹੈ ਨੇ ਉਹ ਕੱਟ ਲੋ ਪਹਿਲਾਂ ਕਿੱਥੇ ਸੀ ਹੁਣ ਤੇ ਉਹਦੀ ਬਦਨਾਮੀ ਹੋ ਗਈ ਨਾ ਕੁੱਲਣ ਪੀਜ ਵਾਲੇ ਦੀ ਕਿੰਨੀ ਬਦਨਾਮੀ ਹੋਈ ਵੈਸੇ ਅਸੀਂ ਕੁੱਲਣ ਪੀਜ ਵਾਲੇ ਨੂੰ ਮੈਂ ਪਿਛਲੀ ਵੀਡੀਓ ਚ ਵੀ ਸਪੋਰਟ ਕੀਤੀ ਸੀ ਤੇ ਹੁਣ ਵੀ ਅਸੀਂ ਸਪੋਰਟ ਕਰਦੇ ਇਸ ਗੱਲ ਨੂੰ ਪਰ ਜੇ ਅੱਜ ਇਹਨਾਂ ਤੇ ਪਰਚਾ ਪਿਆ ਨਾ ਇਹ ਗਲਤੀ ਇਹਨਾਂ ਦੀ ਏ ਜਦੋਂ ਤੁਹਾਨੂੰ ਅੰਨੀ ਦਿਓ ਪਤਾ ਕਿ ਤੁਸੀਂ ਵੇਹ ਕੁਲਰ ਪੀਜ਼ਾ ਬਣਾਉਂਦੇ ਸੀ ਨਾ ਉਹ ਬਣਾਉਂਦੇ ਰਹਿੰਦੇ ਤੁਹਾਨੂੰ ਕੌਣ ਕਹਿੰਦਾ ਸਾਲਿਓ ਕਦੀ ਰਿਲਾ ਬਣਾ ਕੋਈ ਜਨਾਨੀ ਨੂੰ ਚੱਕਦਾ ਹੈ ਤੇ ਕਦੇ ਆਪਣੇ ਪਿੰਨ ਪਿੰਨ ਪ੍ਰਕਾਰ ਦੇ ਸ਼ੌਂਕਾਂ ਦਾ ਪ੍ਰਗਟਾਵਾ ਕਰਦਾ ਹੈ ਮੈਂ ਜਾਗਾ ਸਵੇਰੇ ਤੇ ਕੁੜੀਆਂ ਨੂੰ ਆ ਵੀਰ ਜੀ ਬਾਪੇ ਨੇ ਟੋਟੀ ਸੁਣ ਲਈ ਜੇ ਕੁੜੀਆਂ ਤੇ ਉਹਨੇ ਭੇਜੀਆਂ ਨਹੀਂ ਪੁਲਿਸ ਵਾਲੇ ਜ਼ਰੂਰ ਭੇਜ ਛੱਡੇ ਜੇ ਜਾਗਾ ਸਵੇਰੇ ਉਹ ਤੈਨੂੰ ਅਸੀਂ ਨਾ ਉਦੋਂ ਫਰੈਸ਼ੀ ਨੇ ਵੀ ਨੂੰ ਕਹਿਣਾ ਮੈਂ ਵੀ ਕਹਿਣਾ ਵੀ ਭਾਜੀ ਜੋ ਤੁਹਾਡਾ ਕੰਮ ਹੈ ਨਾ ਤੁਸੀਂ ਕਿੰਨੇ ਸੋਹਣੇ ਪੀਜ਼ੇ ਬਣਾਉਂਦੇ ਉਹ ਬਣਾਓ ਪਰੇ ਕਹਿੰਦੇ ਨਹੀਂ ਸਾਡੇ ਜੈਲਸ ਕਰਦੇ ਸੜੇ ਉਹ ਆ ਨੀਂਦਿਆ ਅਸੀਂ ਚਾਹਨੇ ਆ ਕਿ ਟੈਲੈਂਟ ਵਧੀਆ ਚੀਜ਼ਾਂ ਆਣ ਜਦੋਂ ਬੰਦਾ ਆਪਣਾ ਜਿਹਦੇ ਵਿੱਚ ਉਹ ਐਕਸਪਰਟ ਹੋਵੇ ਨਾ ਇਹ ਪੀਜ਼ੇ ਬਣਾਉਣੇ ਚ ਐਕਸਪਰਟ ਸੀ ਨਾ ਜਦੋਂ ਬੰਦਾ ਆਪਣੀ ਲੀ ਤੂੰ ਭਟਕਦਾ ਨਾ ਫਿਰ ਐਦਾਂ ਦੀਆਂ ਪ੍ਰੋਬਲਮਾਂ ਆਂਦੀਆਂ ਆਂਦੀਆਂ ਸਾਰੇ ਤੈਨੂੰ ਜਦੋਂ ਕਿ ਤੂੰ ਸਿੰਗਲ ਫਸਲ ਹੀ ਸਾਲੇ ਤਰੋਂ ਰਵਲਵਰ ਫੜਨੇ ਵੀ ਆਂਦੀ ਦੋਨੇ ਮੀਆਂ ਵੀ ਇੱਕਦਾਂ ਪਿਸਤੋਲਾ ਫੜਕਣਾ ਤੇ ਲੱਗੇ ਨੇ ਜੱਟ ਖੱਬੀ ਸ਼ੀਟ ਤੇ ਤੇ ਠੀਕ ਹੁਣ ਥੱਲੇ ਪੈ ਗਈ ਇਹਨਾਂ ਨੂੰ ਭੈਣ ਜਦੋਂ ਪਰ ਮੈਂ ਫੇਰ ਕਹਨਾ ਵੀ ਸੈਲੀਬ੍ਰਿਟੀ ਜਿਹੜੇ ਹੁੰਦੇ ਨੇ ਟਿਕਟੋਕ ਜਾਂ ਇਹਨਾਂ ਵਾਸਤੇ ਚਲੋ ਠੀਕ ਹੈ ਬੈਨ ਬੈਨ ਕਰਨੇ ਚਿਹਦੇ ਨੇ ਹਥਿਆਰ ਪਰ ਜਿਹੜੇ ਤੁਸੀਂ ਸਾਰੇ ਨੂੰ ਇੱਕੋ ਰਸੇ ਪਰੋਈ ਜਾ ਰਹੇ ਨਾ ਵੀ ਉਹ ਧਾਰਮਿਕ ਜਥੇਬੰਦੀਆਂ ਨੂੰ ਵੀ ਬੈਨ ਕਰ ਦੋ ਇਹਨਾਂ ਨੂੰ ਵੀ ਬੈਨ ਕਰ ਦੋ ਉਹ ਕਿਸ ਦੇ ਧਰਮ 'ਚ ਹਥਿਆਰ ਰੱਖਣੇ ਸਹੀ ਦੱਸੇਗੇ ਨੇ ਤੇ ਕਈਆਂ ਦੇ ਧਰਮਾਂ 'ਚ ਨਹੀਂ ਪਹਿਲਾਂ ਇੱਥੇ ਬੁੱਧੀ ਜੀਵਾਂ ਨੂੰ ਬਿਠਾਓ ਉਹਦੇ ਉੱਤੇ ਕੋਈ ਕਰੋ ਡਿਸਕਸ਼ਨ ਕਿ ਕਿੰਨੂ ਕਿੰਨੂ ਹਥਿਆਰ ਅਸੀਂ ਬੈਠ ਤੁਸੀਂ ਸਾਰਿਆਂ ਨੂੰ ਬਿਆਨ ਕਰੀ ਜਾ ਰਹੇ ਹੋ ਰਾਮ ਦੇ ਛੇਤਰ ਤੋਂ ਖਾਣੇ ਨੇ ਤੇ ਬਾਕੀ ਪ੍ਰੋਗਰਾਮ ਆ ਛੋਟੀ ਵੀਡੀਓ ਸੀ ਹੁਣ ਨਾ ਅਸੀਂ ਐਕਟਿਵ ਜ਼ਿਆਦਾ ਹੋਣਾ ਹੈ ਕਿਉਂਕਿ ਆ ਮਿਸਟਰ ਐਂਡ ਮਿਸਸ ਬਾਵਾ ਵੇਹ ਲੋ ਅਸੀਂ ਇਹਨਾਂ ਨੂੰ ਕਹਿ ਸੀ ਕਿ ਪਾਜੀ ਅਸੀਂ ਤੁਹਾਡੇ ਤੇ ਰੋਸਟ ਨਹੀਂ ਕਰਦੇ ਹਨਾ ਜੇ ਤੁਸੀਂ ਸਹੀ ਕੰਟੈਂਟ ਸੁਧਾਰੋ ਕਹਿੰਦੇ ਹਾਂ ਜੀ ਪਾਜੀ ਅਸੀਂ ਸੁਧਾਰਾਂਗੇ ਤੇ ਵੇਹ ਲੋ ਕੀ ਚਵਲਾ ਮਾਰਨ ਦੇ ਕਹਿੰਦਾ ਮੇਰੀ ਧੀ ਕਿਡ ਨੈਪ ਤੋਂ ਹੀ ਵੇਖੀ ਵੀਡੀਓ ਕਹਿੰਦਾ ਮੇਰੀ ਧੀ ਨੂੰ ਕੋ ਚੱਕ ਕੇ ਲੈ ਗਿਆ ਐਦਾਂ ਦੀ ਅਜੇ ਵੀ ਨਹੀਂ ਸੁਧਰੇ ਕੁੱਤੇ ਦੀ ਪੂਛ ਨਹੀਂ ਕਦੀ ਸਿੱਧੀ ਹੋ ਸਕਦੀ ਇਸ ਕਰਕੇ ਵੀ ਅਸੀਂ ਤੇ ਬੜੀ ਵਾਰੀ ਯਾਰ ਮੈਂ ਤਾਂ ਮਹੀਨਾ ਡੇਢ ਸਾਰਾ ਇਹ ਨਾਲ ਗੱਲਾਂ ਪਤਾ ਕੀਤੀਆਂ ਕਿ ਨਹੀਂ ਪਾਜੀ ਅਸੀਂ ਨਹੀਂ ਕਰਦੇ ਨਹੀਂ ਕਰਦੇ ਪਰ ਇਹ ਨਹੀਂ ਸੁਧਰੇ ਸਾਡੇ ਚ ਗਰਾਵਟ ਆਈ ਸੀ ਪਰ ਇਹ ਨਹੀਂ ਸੁਧਰੇ ਇਸ ਕਰਕੇ ਨਹੀਂ ਅਸੀਂ ਕਿਉਂ ਕਰੀਏ ਪਾਜੀ ਕੋਈ ਇਹਨਾਂ ਨਾਲ ਕੋਈ ਡਿਬੇਟ ਸ਼ਬ ਜਿੰਨੇ ਤੱਕ ਇਹ ਬੰਦੇ ਦੇ ਪੁੱਤਰ ਨਹੀਂ ਬੰਦੇ ਉਹਨਾਂ ਤੱਕ ਅਸੀਂ ਵੀ ਨਹੀਂ ਇਹਨਾਂ ਦੀ ਆ ਤੇ ਬਾਕੀ ਟੌਕ ਸ਼ੋਅ ਕਰਨਾ ਮੈਂ ਤੇ ਉਹਦਾ ਲਿੰਕ ਨਾ ਡਿਸਕ੍ਰਿਪਸ਼ਨ ਦੇ ਵਿੱਚ ਹੈ ਟੈਲੀਗ੍ਰam ਦਾ ਹੁਣ WhatsApp ਤੇ ਮੈਂ ਬੰਦ ਕਰ ਦਿੱਤੇ ਨੇ ਕਿਉਂਕਿ ਉਹ ਬੜੀ ਟੈਨਸ਼ਨ ਵਾਲਾ ਕੰਮ ਹੈ ਉਥੇ ਮੈਸੇਜ ਫੋਨ 24 ਘੰਟੇ ਉਹਨੂੰ WhatsApp ਨੂੰ ਟਾਈਮ ਦੇਣਾ ਪੈਂਦਾ ਹੈ ਮੈਂ ਉਧਰ ਟਾਈਮ ਦਵਾਂਗਾ ਕਿ ਮੈਂ ਇਹਨਾਂ ਦੀ ਵੀਡੀਓ ਵੇਖ ਕੇ ਕੁਝ ਸੋਚਾਂ ਪੋਡਕਾਸਟ ਤੇ ਵੀ ਨਹੀਂ ਆਹੀ ਪਾਰ ਰੇ ਇੱਧਰ ਵੀ ਨਹੀਂ ਹੈਨਾ ਇਸ ਕਰਕੇ ਉਹ WhatsApp ਵਾਲਾ ਮੈਂ ਸਿਸਟਮ ਖਤਮ ਕਰਤਾ ਹੁਣ ਮੈਂ ਐਤਵਾਰ ਦੇ ਐਤਵਾਰ ਆਇਆ ਕਰਨਾ Telegram ਉਹ ਕੁੜੀਆਂ ਵੀ ਜੁਆਇਨ ਕਰ ਲੈਣ ਉਹ ਮੁੰਡੇ ਵੀ ਕਰ ਲੈਣ ਦੋਨਾਂ ਦੀ ਸੇਫਟੀ ਦਾ ਪੂਰਾ ਬੰਦੋਬਸਤ ਲਈਨਕ ਡਿਸਕ੍ਰਿਪਸ਼ਨ ਚ ਟਾਕ ਸ਼ੋਅ ਕਰਨਾ ਮੈਂ ਪਰਸੋਂ ਪਰਸੋਂ ਮੰਗਲਵਾਰ ਨੂੰ ਤੇ ਕੱਲ ਜਿਹੜਾ ਵੇ ਉਹ ਤੁਹਾਨੂੰ ਦੱਸ ਦਾਂਗਾ ਪੋਸਟਰ ਪਾ ਕੇ ਕਿੰਨੇ ਤੋਂ ਕਿੰਨੇ ਵਜੇ ਤੱਕ ਬਾਕੀ ਮੈਂ ਐਤਵਾਰ ਤੇ ਐਤਵਾਰ Telegram ਤੇ ਆਇਆ ਕਰਨਾ ਅੱਧਾ ਘੰਟਾ ਤੋਂ ਗੱਲਾਂ ਬਾਤਾਂ ਕਰਨਾ ਘੰਟਾ ਐਤਵਾਰ ਦੇ ਐਤਵਾਰ ਉਹ WhatsApp ਦਾ ਕੰਮ ਖਤਮ ਹੈ ਉਹ ਜਿਹੜੇ WhatsApp ਤੇ ਭੈਣ ਭਰਾ ਐਡ ਨਹੀਂ ਮੈਂ ਉਹਨਾਂ ਨੂੰ ਵੀ ਚਾਹਾਂਗਾ ਕਿ ਤੁਸੀਂ ਵੀ Telegram ਤੇ ਸ਼ਿਫਟ ਹੋ ਜਾਓ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਛੱਡ ਕੇ ਜਾਓ ਉੱਥੇ ਰੋ ਜਿਹੜੇ ਭਰਾ ਪਹਿਲਾਂ ਹੋ ਗਏ ਸੀ ਭੈਣ ਭਰਾ WhatsApp ਤੇ ਐਡ ਉਹ ਉੱਥੇ ਰਹਿਣ ਤੇ ਜਿਹੜੇ ਹੁਣ ਆਣਗੇ ਉਹ ਸਾਰੇ Telegram ਤੇ ਆਣ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਜਿਹੜੇ WhatsApp ਤੇ ਪੁਰਾਣੇ ਨਹੀਂ ਆ ਉਹ ਵੀ Telegram ਤੇ ਸ਼ਿਫਟ ਹੋ ਜਾਣ ਤੇ ਸਹੀ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਵੀਡੀਓ 'ਚ ਕੀ ਟਾਕ ਸ਼ੋ ਕਰਨਾ ਪਰਸੋਂ ਤੁਸੀਂ ਕੋਲਾਂ ਕਰ ਸਕਦੇ ਪਰਸੋਂ ਤੇ ਸਾਰੇ ਟੌਪਿਕ ਇਹੀ ਨੇ ਇੰਦਰ ਕੀਰਤ ਉਹ ਜਿਹੜਾ ਦੂਜੇ ਦਿਨ ਮਾ ਬੂਥਾ ਚੱਕ ਇੰਡੀਆ ਚਲ ਜਾਂਦੇ ਨੇ ਪੰਜਾਬੀ ਬਲੌਗਰ ਵੀ ਤੇ ਇਹਦਾ ਭਰਾ ਜਿਹੜਾ ਰਵੀ ਉਹ ਸਾਲਾ ਉਹ ਰਾਜਸਥਾਨ ਘੁੰਮਣ ਗਿਆ ਕੇ ਸਬਸਕ੍ਰਾਈਬਰ ਤਾਂ ਘਰ ਰਿਆ ਰਿਹਾ ਵੇਖ ਲੋ ਰਾਮਦੇਵ ਕੱਦਾ ਸਬਸ ਚਲੋ ਕਰਾਂਗੇ ਸਾਰੇ ਮੁੱਦਿਆਂ ਦੇ ਪਰਚੋਲ ਹੋਰ بڑے ਟੌਪਿਕ ਨੇ ਮੈਂ ਤੁਹਾਨੂੰ ਆਪੇ ਦੱਸਾਂਗਾ ਟੈਲੀਗ੍ਰਾਮ 'ਚ ਕਿਹੜੇ ਕਿਹੜੇ ਟੌਪਿਕ ਨੇ ਮਿਲਦੇ ਜੇ ਕਿਸੇ ਅਗਲੀ ਵੀਡੀਓ ਸਾਰਿਆਂ ਨੂੰ ਇਹ ਅੱਜ ਦੀ ਛੋਟੀ ਵੀਡੀਓ ਇਹੀ ਐਕਸਪੈਰੀਮੈਂਟ ਕਰਨ ਦੇ ਆ ਇਹ ਨਾ ਕਮੈਂਟਾਂ 'ਚ ਭਾਜੀ ਮਜ਼ਾ ਜੇ ਮਜ਼ਾ ਲੈਣਾ ਤਾਂ ਮੇਰੀ ਇਹੀ ਵੀਡੀਓ ਜਿਹੜੀ ਨਾ ਇਹੀ ਪ੍ਰੋਪਰ ਵੀਡੀ ਕੁੱਲੜ ਪਈ ਉਹ ਫੇਸਬੁੱਕ ਤੇ ਮੈਂ ਪਾਈ ਤੁਸੀਂ ਵੇਖ ਸਕਦੇ ਹੋ ਸਾਰੇ ਮਿਲਦੇ ਕਿਸੇ ਅਗਲੀ ਵੀਡੀਓ ਚ ਸਾਰਨ ਪਿਆਰਪਰੀ ਸੱਚੇ ਰਿਹਾ